ਜਿਹੜਾ ਫਲ ਆ ਉਹ ਵੀ ਸਾਨੂੰ ਪ੍ਰਭੂ ਨੇ ਦੇਣਾ ਵਾ। ਕੋਈ ਵੀ ਅਸੀਂ ਕਰਮ ਕਰਨਾ ਵਾ, ਸੋਚ ਕੇ ਕਰਨਾ ਕਿ ਪ੍ਰਭੂ ਦੇ ਵਾਸਤੇ ਕਰ ਰਹੇ, ਕਿਹਦੇ ਵਾਸਤੇ? ਜਿਹੜੀ ਤੀਸਰੀ ਕੈਟਾਗਰੀ ਦੇਖੀ ਆ ਵਚਨ ਸੁਣਨ ਵਾਲਿਆਂ ਦੀ, ਕਿ ਜਿਹੜੇ ਵਚਨ ਤਾਂ ਸੁਣਦੇ ਨੇ ਲੇਕਿਨ ਪਰਮੇਸ਼ੁਰ ਦੇ ਵਚਨ ਦੇ ਅਨੁਸਾਰ ਨਹੀਂ ਕਰਦੇ। ਜੇ ਵਚਨ ਯਾਦ ਨਾ ਰਵੇ ਤਾਂ ਫਿਰ ਵਚਨ ਦੇ ਅਨੁਸਾਰ ਅਸੀਂ ਕਰ ਨਹੀਂ ਸਕਦੇ। ਉਹ ਕਿਸਮ ਦੇ ਲੋਕ ਨੇ ਸੁਣਦੇ ਹੀ ਨਹੀਂ ਆ, ਉਹਨਾਂ ਦਾ ਧਿਆਨ ਹੀ ਨਹੀਂ ਹੁੰਦਾ ਵਚਨ ਵੱਲ। ਕੀ ਨਹੀਂ ਹੁੰਦਾ? ਜਿੱਦਾਂ ਸੰਗਤ ਦੇ ਵਿੱਚ ਬਹੁਤ ਸਾਰੇ ਲੋਕ ਅਸੀਂ ਬੈਠੇ ਹਾਂ, ਅਤੇ ਜੇ ਸਾਡਾ ਧਿਆਨ ਨਾ ਹੋਇਆ ਵਚਨ ਸੁਣਨ ਦੇ ਵੱਲ, ਜੇ ਸਾਡਾ ਧਿਆਨ ਕਿਤੇ ਹੋਰ ਹੋਇਆ ਤਾਂ ਫਿਰ ਤਾਂ ਵਚਨ ਪਹੁੰਚਣਾ ਹੀ ਨਹੀਂ ਆ ਸਾਡੇ ਤੱਕ। ਫਿਰ ਉਹਨੂੰ ਪੰਛੀਆਂ ਨੇ ਲੈ ਲੈਣਾ ਵਾ, ਜਾਂ ਸ਼ੈਤਾਨ ਸਾਡੇ ਤੱਕ ਪਹੁੰਚਣ ਨਹੀਂ ਦਏਗਾ, ਸ਼ੈਤਾਨ ਉਹ ਬੀਜ ਵਚਨ ਚੁਰਾ ਲਏਗਾ। ਜਦੋਂ ਅਸੀਂ ਪਰਮੇਸ਼ੁਰ ਦੀ ਹਜ਼ੂਰੀ ਦੇ ਵਿੱਚ ਬੈਠਦੇ ਹਾਂ, ਸਭ ਤੋਂ ਪਹਿਲਾਂ ਇਹ ਗੱਲ ਨੋਟ ਕਰਨੀ ਆ ਕਿ ਜਿਹੜਾ ਵਚਨ ਆ ਉਹ ਸਾਡੇ ਵਾਸਤੇ ਆ। ਬੋਲੋ ਸਾਰੇ, ਬੋਲੋ ਵਚਨ ਸਾਡੇ ਵਾਸਤੇ ਆ। ਵਚਨ ਕਿਸੇ ਦੇ ਉੱਤੇ ਲਾਗੂ ਕਰਨ ਦੇ ਵਾਸਤੇ ਨਹੀਂ ਆ, ਕਿਸੇ ਦੇ ਵਿੱਚ ਗਲਤੀਆਂ ਕੱਢਣ ਵਾਸਤੇ ਨਹੀਂ ਹੈ, ਕਿਸੇ ਨੂੰ ਜਾਂਚਣ ਵਾਸਤੇ ਨਹੀਂ ਹੈ, ਕਿਸੇ ਨੂੰ ਪਰਖਣ ਵਾਸਤੇ ਨਹੀਂ, ਬਲਕਿ ਆਪਣੇ ਆਪ ਦੀ ਜਾਂਚ ਕਰਨ ਵਾਸਤੇ ਅਤੇ ਆਪਣੇ ਆਪ ਨੂੰ ਪਰਖਣ ਦੇ ਵਾਸਤੇ ਆ। ਜਿੱਦਾਂ ਸਕੂਲਾਂ ਦੇ ਵਿੱਚ, ਸਕੂਲਸ ਦੇ ਵਿੱਚ ਇਮਤਿਹਾਨ ਹੁੰਦੇ ਨੇ, ਬੱਚਿਆਂ ਦੇ ਇਗਜ਼ਾਮਸ ਹੁੰਦੇ ਨੇ, ਉਹਦੇ ਵਿੱਚ ਇੱਕ ਵਿਦਿਆਰਥੀ ਆਪਣੇ ਆਪ ਨੂੰ ਜਾਂਚਦਾ, ਆਪਣੇ ਆਪ ਨੂੰ ਪਰਖਦਾ ਵਾ ਕਿ ਮੈਂ ਇੱਕ ਸਮੈਸਟਰ ਦੇ ਵਿੱਚ ਜਾਂ ਪੂਰੇ ਸਾਲ ਦੇ ਵਿੱਚ ਕਿਹੜੀ ਪੜ੍ਹਾਈ ਕੀਤੀ ਆ, ਉਹਦੇ ਵਿੱਚ ਮੈਨੂੰ ਕਿੰਨੀ ਜਿਹੜੀ ਆ ਮੇਰੇ ਜ਼ਿਹਨ ਦੇ ਵਿੱਚ ਬੈਠੀ ਹੋਈ ਹੈ, ਕਿੰਨੀ ਨੂੰ ਮੈਂ ਖੁਦ ਇਸਤੇਮਾਲ ਕਰ ਸਕਦਾ। ਇਸ ਤਰ੍ਹਾਂ ਦੇ ਨਹੀਂ ਬਣਨਾ ਕਿ ਅਸੀਂ ਹਜ਼ੂਰੀ ਦੇ ਵਿੱਚ ਬੈਠ ਕੇ, ਪਰਮੇਸ਼ੁਰ ਦੇ ਘਰ ਦੇ ਵਿੱਚ ਬੈਠ ਕੇ ਅਸੀਂ ਵਚਨ ਸੁਣੀਏ ਹੀ ਨਾ। ਕੋਈ ਫਾਇਦਾ ਨਹੀਂ ਹੋਣਾ, ਉਹ ਵਚਨ ਦਾ ਤੁਹਾਡੇ ਤੱਕ ਪਹੁੰਚ ਹੀ ਨਹੀਂ ਪਾਉਣਾ। ਇਸ ਕਰਕੇ ਬੜੇ ਧਿਆਨ ਦੇ ਨਾਲ ਅਸੀਂ ਸੁਣਨਾ ਵਾ। ਅੱਜ ਥੋੜ੍ਹਾ ਜਿਹਾ ਦੱਸਿਆ ਜਾਵੇਗਾ ਕਿ ਵਚਨ ਸੁਣਿਆ ਕਿਸ ਤਰ੍ਹਾਂ ਜਾਂਦਾ ਵਾ, ਇਹਦੇ 'ਤੇ ਵੀ ਅਸੀਂ ਗੌਰ ਕਰਨਾ ਵਾ। ਜਦੋਂ ਵਚਨ ਸੁਣਨਾ ਵਾ ਤਾਂ ਕੋਸ਼ਿਸ਼ ਕਰਨੀ ਆ ਕਿ ਹਿਲਜੁਲ ਬਿਲਕੁਲ ਨਾ ਹੋਵੇ,
ਵਚਨ ਸੁਣਨ ਦਾ ਇੱਕ ਤਰੀਕਾ ਜਿਹੜਾ ਵਾ ਉਹ ਦੱਸਿਆ ਜਾਵੇਗਾ। ਸਭ ਤੋਂ ਖਾਸ ਗੱਲ ਆ ਕਿ ਵਚਨ ਨੂੰ ਅਸੀਂ ਟਿਕ ਟਿਕ ਹੀ ਲਗਾ ਕੇ ਸੁਣਨਾ, ਅੱਖਾਂ ਜਿਹੜੀਆਂ ਸਾਡੀਆਂ ਸੇਵਕ ਵੱਲ ਰਹਿਣ ਅਤੇ ਕੰਨ ਵੀ ਸੇਵਕ ਦੇ ਵੱਲ, ਸਾਡੇ ਅੰਦਰ ਜਾ ਰਿਹਾ ਹੁੰਦਾ ਵਾ ਕੰਨਾਂ ਦੇ ਜ਼ਰੀਏ ਵੀ ਅਤੇ ਅੱਖਾਂ ਦੇ ਜ਼ਰੀਏ ਵੀ। ਇਸ ਕਰਕੇ ਵਚਨ ਸੁਣਨ ਦਾ ਜਿਹੜਾ ਤਰੀਕਾ ਵਾ ਉਹਦੇ 'ਤੇ ਅਸੀਂ ਅੱਜ ਗੌਰ ਕੀਤਾ ਵਾ ਕਿ ਇਸ ਤਰ੍ਹਾਂ ਸੁਣਨਾ ਵਾ ਕਿ ਇੱਕ ਇੱਕ ਸ਼ਬਦ, ਇੱਕ ਇੱਕ ਵਚਨ ਦੀ ਜਿਹੜੀ ਗੱਲ ਵਾ ਉਹ ਸਾਡੇ ਅੰਦਰ ਜਾਵੇ। ਤੱਗੜ ਕਲਾ ਕੀ ਮੀਟਿੰਗ ਕੇ ਬਾਅਦ ਅਭੀ ਹਮ ਜਾ ਰਹੇ ਹੈਂ ਯਾਦ, ਔਰ ਆਜ ਗਾੜੀ ਡਰਾਈਵ ਕਰ ਰਹੇ ਹੈਂ ਮੇਰੇ ਛੋਟੇ ਬ੍ਰਦਰ ਹਨੂ। और अभी हम पहुंच गए हैं मुसापुर चर्च। यीशु मसीह ने कहा कि जेड़े लोग वचनां नूं सुन रहे आ ते वचनां दे अनुसार अपना जीवन बसर करते आ, वचनां दे अनुसार चलते आ, इहो ने मेरे भैण ते इहो मेरे ਭਰਾ ਤੇ ਇਹੋ ਮੇਰੀ ਮਾਤਾ। ਇਸ ਕਰਕੇ ਅਸੀਂ ਪਰਮੇਸ਼ੁਰ ਦਾ ਹੁਕਮ ਅਸੀਂ ਇਕੱਲਾ ਮੰਨਣਾ ਨਹੀਂ ਆ ਬਲਕਿ ਉਹਦੇ ਅਨੁਸਾਰ ਚੱਲਣਾ ਵੀ ਅਸੀਂ ਸਿੱਖਿਆ ਸੀਗਾ। ਹੁਣ ਅਸੀਂ ਦੇਖਣਾ ਕਿ ਸਿਰਫ ਵਚਨ ਸੁਣਨ ਦੇ ਬਹੁਤ ਸਾਰੇ ਫਾਇਦੇ ਹੁੰਦੇ ਨੇ। ਜਿਸ ਤਰ੍ਹਾਂ ਸਾਡੇ ਜਿਸਮ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਪਰੇਸ਼ਾਨੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਵੀ ਨਹੀਂ ਹੁੰਦਾ। ਕੁਛ ਤਾਂ ਹੁੰਦਾ ਨਾ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਵਾ, ਅਤੇ ਕੁਛ ਹੁੰਦੀਆਂ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਵੀ ਨਹੀਂ ਹੁੰਦਾ। ਉਹ ਜਿਹੜੀਆਂ ਬਿਮਾਰੀਆਂ ਨੇ ਉਹ ਵੀ ਵਚਨ ਸੁਣਨ ਦੇ ਨਾਲ ਜਾਂ ਵਚਨ ਸੁਣਦੇ ਸੁਣਦੇ ਹੀ ਅਸੀਂ ਉਹਨਾਂ ਤੋਂ ਸ਼ਿਫਾ ਹਾਸਿਲ ਕਰ ਲੈਂਦੇ। ਇਕੱਲਾ ਵਚਨ ਸੁਣਨ ਦੇ ਨਾਲ ਹੀ, ਹਲੇ ਅਮਲ ਕਰਨਾ ਦੂਰ ਦੀ ਗੱਲ ਆ, ਹਲੇ ਅਮਲ ਕਰਨ ਦੇ ਬਾਰੇ ਨਹੀਂ ਦੱਸਿਆ ਗਿਆ, ਸਿਰਫ ਵਚਨ ਧਿਆਨ ਦੇ ਨਾਲ ਸੁਣਨ ਨਾਲ ਹੀ। ਦੂਸਰਾ, ਜਦੋਂ ਅਸੀਂ ਵਚਨ ਧਿਆਨ ਦੇ ਕੇ ਸੁਣਦੇ ਹਾਂ ਅਸੀਂ ਆਪਣੇ ਕਾਰੋਬਾਰ ਦੇ ਵਿੱਚ, ਕੰਮ ਦੇ ਵਿੱਚ ਵੀ ਅਸੀਂ ਤਰੱਕੀ ਹਾਸਿਲ ਕਰਨੀ। ਜਦੋਂ ਅਸੀਂ ਗੱਲ ਕਰਨੇ ਹਾਂ, ਵਾਰਤਾਲਾਪ ਕਰਨ ਦੀ ਆ, ਕਮਿਊਨੀਕੇਸ਼ਨ ਸਕਿੱਲਸ ਦੀ, ਅਤੇ ਸੁਣਨਾ ਬਹੁਤ ਜ਼ਰੂਰੀ ਆ ਬੋਲਣ ਦੇ ਵਾਸਤੇ, ਬੋਲਣ ਦੇ ਵਾਸਤੇ ਸੁਣਨਾ ਬਹੁਤ ਜ਼ਰੂਰੀ ਆ। ਜਿਹੜੇ ਧਿਆਨ ਦੇ ਕੇ ਸੁਣਦੇ ਨੇ ਉਹ ਫਿਰ ਬਹੁਤ ਅੱਛੇ ਢੰਗ ਦੇ ਨਾਲ ਗੱਲਬਾਤ ਕਰਦੇ ਨੇ। ਉਹਨਾਂ ਨੂੰ ਉਸ ਗੱਲਬਾਤ ਦੇ ਜ਼ਰੀਏ ਜਦੋਂ ਵੀ ਉਹ ਕਿਸੇ ਦੇ ਨਾਲ ਡੀਲ ਕਰਦੇ ਨੇ, ਉਸ ਗੱਲਬਾਤ ਦੇ ਜ਼ਰੀਏ, ਉਸ ਵਾਰਤਾਲਾਪ ਦੇ ਜ਼ਰੀਏ ਉਹਨਾਂ ਨੂੰ ਉਹਨਾਂ ਦੇ ਕੰਮ ਦੇ ਵਿੱਚ ਵੀ ਤਰੱਕੀ ਮਿਲਦੀ ਆ। ਸੁਣਨੇ ਕੇ ਲੀਏ ਤਤਪਰ,
ਜਾਂ ਸੁਣਨ ਵਿੱਚ ਕਾਲਾ, ਸੁਣਨ ਵਿੱਚ ਤੇਜ਼, ਬੋਲਣ ਵਿੱਚ ਧੀਰਾ, ਕ੍ਰੋਧ ਵਿੱਚ ਵੀ ਧੀਰਾ, ਇਹ ਵਚਨ ਕਿੱਥੇ ਲਿਖਿਆ ਹੱਥ ਖੜਾ ਕਰਕੇ ਦੱਸਣਾ ਜਿਹਨੂੰ ਯਾਦ ਹੈ। ਵੇਅਰਫੋਰ ਮਾਈ ਬਿਲਵਡ ਬ੍ਰੈਦਰਨ, ਲੈਟ ਐਵਰੀ ਮੈਨ ਬੀ ਸਵਿਫਟ ਟੂ ਹੀਅਰ, ਸਲੋ ਟੂ ਸਪੀਕ ਐਂਡ ਸਲੋ ਟੂ ਰੈਥ। ਇਹ ਅੱਜ ਦੱਸਿਆ ਜਾਏਗਾ, ਇਹਦੇ ਤੋਂ ਬਾਅਦ ਫਿਰ ਤੁਸੀਂ ਯਾਦ ਰੱਖਣਾ ਵਾ। ਅੱਛੀ ਜ਼ਮੀਨ 'ਤੇ ਕੁਛ ਬੀਜ ਗਿਰਿਆ, 30 ਗੁਣਾ 60 ਗੁਣਾ ਅਤੇ 100 ਗੁਣਾ ਫਲ ਲੈ ਕੇ ਆਇਆ। ਹੁਣ ਇਹ ਵਚਨ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਬਹੁਤ ਵਾਰ, ਹੁਣ ਯਾਦ ਕਿਉਂ ਨਹੀਂ ਆ? ਕਿਉਂਕਿ ਉਹ ਅੱਛੀ ਜ਼ਮੀਨ 'ਤੇ ਡਿੱਗਿਆ, ਲੇਕਿਨ ਅਮਲ ਨਹੀਂ ਅਸੀਂ ਕੀਤਾ। ਇਸ ਕਰਕੇ ਕਿੰਨਾ ਫਲ ਲਿਆਇਆ? ਹੁਕਮ ਨੂੰ ਮੰਨਾਂਗੇ ਤਾਂ ਬਰਕਤ ਮਿਲੇਗੀ, ਹੁਕਮ ਨੂੰ ਮੰਨਾਂਗੇ ਤਾਂ ਬਰਕਤ ਮਿਲੇਗੀ। ਸ਼ਬਦ ਇਸਤੇਮਾਲ ਕੀਤਾ ਜਾਂਦਾ ਵਾ ਪਿੰਨ ਡਰੋਪ ਸਾਇਲੈਂਸ। ਕਿਹੜਾ? ਪਿੰਨ ਡਰੋਪ ਸਾਇਲੈਂਸ, ਜਿਹੜਾ ਅਰਥ ਵਾ ਕਿ ਇੰਨੀ ਸ਼ਾਂਤੀ ਹੋਵੇ ਕਲਾਸ ਦੇ ਵਿੱਚ। ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਕਹਿੰਦਾ ਉਦਾਹਰਣ ਦੇ ਕੇ ਕਿ ਸ਼ਾਂਤੀ ਇੰਨੀ ਹੋਵੇ ਕਲਾਸ ਦੇ ਵਿੱਚ ਵਚਨ ਸਿੱਖਣ ਵਾਸਤੇ, ਸੂਈ ਵੀ ਗਿਰੇ ਨਾ ਫਰਸ਼ ਦੇ ਉੱਪਰ, ਉਹਦੀ ਵੀ ਆਵਾਜ਼ ਆਉਣੀ ਚਾਹੀਦੀ ਕੰਨ ਤੱਕ। ਸੂਈ ਦੀ ਆਵਾਜ਼ ਡਿੱਗੀ ਹੋਈ ਦੀ ਤਾਂ ਆਏਗੀ ਜੇ ਅਸੀਂ ਹਿਲਜੁਲ ਤੋਂ ਬਿਨਾਂ ਬੈਠਾਂਗੇ। ਇਸ ਕਰਕੇ ਵਚਨ ਸੁਣਨ ਦੇ ਵਾਸਤੇ ਇੰਨੀ ਚੌਕਸੀ ਹੋਣੀ ਚਾਹੀਦੀ ਹੈ, ਇੰਨੀ ਹੁਸ਼ਿਆਰੀ ਨਾਲ ਅਸੀਂ ਵਚਨ ਸੁਣਨਾ ਵਾ। ਪ੍ਰੇਅਰ ਮੀਟਿੰਗ ਕਰਕੇ ਅਭੀ ਹਮ ਜਾ ਰਹੇ ਹਾਂ ਵਾਪਿਸ, ਮਿਲਤੇ ਹੈਂ ਨੈਕਸਟ ਵਲੌਗ ਕੇ ਅੰਦਰ। ਪ੍ਰੇਜ਼ ਦ ਲਾਰਡ ਟੂ ਆਲ।